सिरजना टीवी दे बहुत ही प्यारे दर्शकों सत श्री अकाल। अज आपां थोड़ी जी गल करदे आ एक बड़े अहम मसले बारे। वो मसला की आ राजनीतिक व्यवहार, उहदे विच्चों गुआच रहा शिष्टाचार, चारे पासे मारो मार, उहदी मारो मार, इहदी मारो मार। बस दोस्तों एक गल सानू चेते रखनी पऊगी कि जिहड़े राजनीतिक नेता ने उस समाज का मार्गदर्शक होंदे आ, उन्होंने समुचे समाज नू अगवाई देनी आ। लोग उन्होंने अपने नुमाइंदियां वजों चुन के भेजते ने, लोगों दियां उन्हां उपर आसां हुंदियां ने, उन्हां दे विश्वास हुंदे ने। और लोकतंत्र की परिभाषा भी यही आ कि ਇਹ ਲੋਕਤੰਤਰ ਲੋਕਾਂ ਲਈ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ ਜਿਹੜੀ ਲੋਕਾਂ ਦੇ ਮਸਲਿਆਂ ਦਾ ਧਿਆਨ ਰੱਖਦੀ ਹੈ। ਅਸੀਂ ਕੀ ਦੇਖ ਰਹੇ ਹਾਂ ਪਿਛਲੇ ਦਿਨਾਂ ਤੋਂ? ਬੜਾ ਮਾੜਾ ਵਰਤਾਰਾ ਵਾਪਰ ਰਿਹਾ, ਇੱਕ ਦੂਜੇ ਦੇ ਉੱਤੇ ਭਾਸ਼ਾ ਦੀ ਅਜਿਹੀ ਮਰਿਆਦਾ ਦੀ ਉਲੰਘਣਾ ਕੀਤੀ ਜਾ ਰਹੀ ਆ ਕਿ ਆਮ ਜਿਹੜਾ ਸੁਣਨ ਵਾਲਾ, ਜਿਹੜਾ ਸੰਜੀਦਾ ਵਿਅਕਤੀ ਹੈ, ਜਿਹੜਾ ਚਿੰਤਨਸ਼ੀਲ ਵਿਅਕਤੀ, ਉਹ ਬਹੁਤ ਪਰੇਸ਼ਾਨ ਹੋ ਰਿਹਾ, अपसेट हो रहा। निजी वार किए जा रहे ने, परिवारां ते वार किए जा रहे ने, और कई वारी तो वह शब्दावली इन्ने घटिया पद्धर की चल जाती आ कि सुन के देख के शर्म आती आ कि ये लोग साड़ी अगवाई कर रहे ने या ये लोग साड़ी अगवाई करनगे। राजनीतिक व्यवहार दे विच प्लेटो कहिंदा कि जिहड़े पॉलिटिशियंस ने they should be the king rulers, they should be the philosophers। ਉਹਨਾਂ 'ਚ ਫਿਲਾਸਫਰਾਂ ਵਾਲੇ ਗੁਣ ਹੋਣੇ ਚਾਹੀਦੇ ਆ, ਦਾਨਿਸ਼ਮੰਦ ਹੋਣੇ ਚਾਹੀਦੇ ਆ, ਉਹ ਚਿੰਤਨਸ਼ੀਲ ਹੋਣੇ ਚਾਹੀਦੇ ਆ, ਉਹ ਸੋਚਵਾਨ ਹੋਣੇ ਚਾਹੀਦੇ ਆ। ਅਸੀਂ ਕੀ ਦੇਖ ਰਹੇ ਹਾਂ? ਉਹ ਗਾਲਾਂ ਕੱਢਤੀਆਂ, ਉਹਨੇ ਉਸ ਨੂੰ ਕੱਢਤੀਆਂ, ਦੂਜੇ ਨੇ ਵਿਰੋਧੀ ਧਿਰਾਂ ਨੂੰ ਕੱਢਤੀਆਂ, ਤੀਜੇ ਨੇ ਉਸ ਨੂੰ ਕੱਢਤੀ। ਸਾਨੂੰ ਯਾਦ ਰੱਖਣਾ ਪਊਗਾ ਕਿ ਵਿਰੋਧ ਵਿੱਚ ਵੀ, ਜਿੰਨਾ ਮਰਜ਼ੀ ਵਿਰੋਧ ਹੋਵੇ, ਉਹਦੇ ਵਿੱਚ ਭਾਸ਼ਾ ਦੀ ਮਰਿਆਦਾ ਕਾਇਮ ਰਹਿਣੀ ਚਾਹੀਦੀ ਆ। ਸਾਡਾ ਵਿਰਸਾ ਗੁਰੂ ਨਾਨਕ ਦੇਵ ਦਾ ਵਿਰਸਾ ਹੈ, ਜਿੱਥੇ ਵੱਡੇ ਤੋਂ ਵੱਡੇ ਵਿਰੋਧ ਦੇ ਵਿੱਚ ਵੀ ਧੰਨ ਸਤਿਗੁਰ ਨਾਨਕ ਨੇ ਕਿਤੇ ਵੀ ਕੋਈ ਏਦਾਂ ਦਾ ਬਿਹੇਵ ਨਹੀਂ ਕੀਤਾ। ਬੜੀ ਦਲੀਲ ਦੇ ਨਾਲ, ਡਾਇਲੋਗ ਦੇ ਨਾਲ, ਸੰਵਾਦ ਦੇ ਨਾਲ ਲੋਕਾਂ ਨੂੰ ਸਮਝਾਇਆ, ਲੋਕਾਂ ਨੂੰ ਰਾਹੇ ਪਾਇਆ। ਤੇ ਸਾਡੀ ਸੋਚ ਪ੍ਰਣਾਲੀ ਵਿੱਚੋਂ ਸੰਵਾਦ ਮਨਫੀ ਹੋ ਗਿਆ, ਅਸੀਂ ਵਿਵਾਦ ਦੇ ਰਾਹ ਤੇ ਪੈ ਗਏ ਹਾਂ, ਅਸੀਂ ਲੜਾਈ ਝਗੜੇ ਦੇ ਰਾਹ ਤੇ ਪੈ ਗਏ ਹਾਂ, ਅਸੀਂ ਨਿਜਤਵ ਨੂੰ ਨੰਗਾ ਕਰ ਰਹੇ ਹਾਂ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿਸ ਲਈ ਕੀ ਕਹਿਣਾ ਹੈ, ਅਸੀਂ ਕਿਸ ਨੂੰ ਕੀ ਕਹਿਣਾ ਹੈ। ਰਾਜਨੀਤੀ ਦੇ ਵਿੱਚੋਂ ਮੁੱਦੇ ਗਾਇਬ ਹੋ ਗਏ ਨੇ, ਰਾਜਨੀਤੀ ਦੇ ਵਿੱਚੋਂ ਨੀਤੀ ਗਾਇਬ ਹੋ ਗਈ ਆ, ਰਾਜਨੀਤੀ ਦੇ ਵਿੱਚੋਂ ਰਾਜ ਗਾਇਬ ਹੋ ਰਿਹਾ। ਰਹਿ ਕੀ ਰਿਹਾ? ਸਿਰਫ ਸਵੈ, ਸਵੈ ਤੇ ਕੇਂਦਰਿਤ ਹੋਣਾ, ਸਵੈ ਦੇ ਫਾਇਦੇ, ਸਵੈ ਦੀ ਪ੍ਰਸ਼ੰਸਾ, ਸਵੈ ਦੀ ਮਹਿਮਾ, ਸਵੈ ਦੇ ਸੋਹਲੇ ਗਾਏ ਜਾਣੇ। ਮੇਰੀ ਬੜੀ ਹੱਥ ਬੰਨ ਕੇ ਗੁਜ਼ਾਰਿਸ਼ ਹੈ ਸਮੇਂ ਦੀਆਂ ਸਰਕਾਰਾਂ ਨੂੰ, ਸਮੇਂ ਦੇ ਵਿਰੋਧੀ ਧਿਰਾਂ ਨੂੰ, ਸਾਰੇ ਰਾਜਨੀਤਿਕ ਨੇਤਾਵਾਂ ਨੂੰ ਕਿ ਕਿਰਪਾ ਕਰੋ, ਤਰਸ ਖਾਵੋ, ਆਪਣੇ ਵਰਤਾਓ ਦੇ ਵਿੱਚ, ਆਪਣੇ ਵਿਵਹਾਰ ਦੇ ਵਿੱਚ ਤਬਦੀਲੀ ਲੈ ਕੇ ਆਵੋ, ਲੋਕਾਂ ਨੂੰ ਦਿਸ਼ਾ ਦੇਵੋ, ਉਹਨਾਂ ਨੂੰ ਮਾਡਲ ਦੇਵੋ, ਉਹਨਾਂ ਨੂੰ ਆਪਣਾ ਵਿਜ਼ਨ ਦੇਵੋ, ਜਿਹਦੇ ਨਾਲ ਉਹ ਤੁਹਾਨੂੰ ਸਮਝ ਸਕਣ। ਮੇਰੀ ਮੀਡੀਆ ਨੂੰ ਵੀ ਬੇਨਤੀ ਆ ਕਿ ਅਸੀਂ ਰਾਈ ਦੇ ਪਹਾੜ ਨਾ ਬਣਾਈਏ, ਅਸੀਂ ਉਹ ਹਰ ਗੱਲ ਨੂੰ, ਨਿੱਕੀ ਤੋਂ ਨਿੱਕੀ ਗੱਲ ਨੂੰ ਬ੍ਰੇਕਿੰਗ ਨਾ ਬਣਾਈਏ, ਅਸੀਂ ਥੰਬ ਨੇਲਸ ਦੇ ਵਿੱਚ ਅਜਿਹੀਆਂ ਗੱਲਾਂ ਨਾ ਲਿਖੀਏ ਜਿਹੜੀਆਂ ਸਨਸਨੀ ਪੈਦਾ ਕਰਦੀਆਂ ਹੋਣ। ਕਈ ਵਾਰੀ ਗੱਲ ਨਿੱਕੀ ਜਿਹੀ ਹੁੰਦੀ ਆ, ਗੱਲ ਬੱਕਰੀ ਦੇ ਤਿਲਕ ਕੇ ਡਿੱਗਣ ਦੀ ਹੁੰਦੀ ਆ, ਤੇ ਅਸੀਂ ਸਮੁੱਚੇ ਰਾਸ਼ਟਰ ਦਾ, ਕਈ ਵਾਰੀ ਤਾਂ ਸਮੁੱਚੇ ਵਿਸ਼ਵ ਦਾ ਮਸਲਾ ਬਣਾ ਦਿੰਦੇ ਹਾਂ। ਸਾਨੂੰ ਮੀਡੀਆ ਕਰਮੀਆਂ ਨੂੰ ਵੀ ਚਾਹੀਦਾ ਕਿ ਅਸੀਂ ਬੜੇ ਬਾਖੂਬੀ ਤਰੀਕੇ ਦੇ ਨਾਲ ਲੋਕਾਂ ਨੂੰ ਸੂਚਨਾ ਪਹੁੰਚਾਈਏ, ਲੋਕਾਂ ਨੂੰ ਜਾਣਕਾਰੀ ਦਈਏ। ਜੇ ਖਾਮੀਆਂ, ਕਮੀਆਂ, ਊਣਤਾਈਆਂ ਵੀ ਦੱਸਣੀਆਂ ਨੇ, ਉਹ ਵੀ ਕਿਸੇ ਤਰੀਕੇ ਦੇ ਨਾਲ ਦੱਸੀਏ, ਕਿਉਂਕਿ ਆਲੋਚਨਾ ਦਾ ਵੀ ਮਿਆਰ ਹੁੰਦਾ ਹੈ,
किसी नूं भंडण दा भी म्यार होना चाहीदा है, किसी नूं कंडेम करन दा भी म्यार होना चाहीदा। इस वेले वापर की रहा कि साडी सारी राजनीति विचों जिहड़ा म्यार है वह गिर रहा है। तो गुजारिश है सारे ही राजनेतावां नूं कि असीं फिलोसफर किंग बनीए, असीं फिलोसफर रूलरस बनीए, लोकां दे मुद्दिआं नूं छोईए। पंजाब दे विच इस वेले बेतहाशा मुद्दे ने जिहड़े विचारे जाणे ने, जिन्हां दा बहुत महत्व है, जिहड़े बहुत चिंता दा विशा ने। तो इस उत्ते असीं फोकस करिए। बहुत बहुत धन्नवाद।